ਹੈਲੋ ਫਰੈਂਡਸ ਅੱਜ ਤੁਹਾਨੂੰ ਅਸੀਂ ਮੋਡੇ ਦੀ ਕਾਟ ਜਿਹੜੀ ਆ ਉਹ ਕਟਿੰਗ ਕਰਨੀ ਦੱਸਾਂਗੇ ਠੀਕ ਆ ਜੀ ਕਾਟ ਕਿਸ ਤਰੀਕੇ ਨਾਲ ਕਟਿੰਗ ਕੀਤੀ ਜਾਂਦੀ ਆ ਪਹਿਲੇ ਵੀਡੀਓ ਦੇ ਵਿੱਚ ਅਸੀਂ ਜਿਹੜੀ ਆ ਕਾਟ ਕਟਿੰਗ ਕਰਕੇ ਨਹੀਂ ਤੁਹਾਨੂੰ ਅਸੀਂ ਮਾਰਕ ਕਰਕੇ ਦੱਸਿਆ ਸੀ ਠੀਕ ਆ ਜੀ ਅੱਜ ਇਹਨੂੰ ਕਟਿੰਗ ਕਰਕੇ ਦੱਸਾਂਗੇ ਫਿਰ ਪ੍ਰੋਪਰ ਤਰੀਕੇ ਦੇ ਨਾਲ ਤੁਹਾਨੂੰ ਸ਼ਰਟ ਦਾ ਪਤਾ ਚੱਲ ਜਾਊਗਾ ਕਿ ਮੋਡੇ ਦੀ ਕਾਟ ਜਿਹੜੀ ਆ ਕਿਸ ਤਰੀਕੇ ਨਾਲ ਕਟਿੰਗ ਕੀਤੀ ਗਈ ਆ ਦੇਖੋ ਜੀ ਸਾਡਾ ਮੋਡਾ ਜਿਹੜਾ ਆ ਆ ਦੇਖੋ ਸਾਡੇ 7 ਇੰਚ ਹੀ ਰੱਖਣਾ ਆ ਤੇ ਜਿਹੜਾ 9.5 ਇੰਚ ਜਿਹੜਾ ਤਿਆਰ ਹੋਵੇ ਠੀਕ ਆ ਜੀ ਮੋਡਾ ਅਸੀਂ 7.5 ਇੰਚ ਦਾ ਇਹਦਾ ਮਾਰਕ ਕੀਤਾ ਆ ਦੇਖੋ ਠੀਕ ਆ ਜੀ 7.5 ਇੰਚ ਦਾ ਮਾਰਕ ਕਰ ਲਿਆ ਤੇ ਜਿਹੜੀ ਬੈਕ ਤੇ ਬੈਕ ਹੁਣੀਆ ਸ਼ਰਟ ਉਹਦਾ ਅਸੀਂ 3.5 ਇੰਚ ਅਸੀਂ ਇੱਥੋਂ ਮਾਰਕ ਕੀਤਾ ਠੀਕ ਆ ਜੀ 3.5 ਇੰਚ ਤੇ ਜਿਹੜੀ ਫਰੰਟ ਸ਼ਰਟ ਹੁਣੀ ਆ ਉਹਦਾ ਪੀਸ ਉਹਦਾ ਅਸੀਂ ਜੀ 1 ਇੰਚ ਦੀ ਇਥੋਂ ਕੱਟ ਪਾਈ ਆ ਠੀਕ ਆ ਜੀ ਆ ਦੇਖੋ ਜਿਹੜੇ ਬੈਕ ਆ ਉਹਦੀ ਅਸੀਂ 3.5 ਇੰਚ ਦੀ ਪਾਈ ਆ ਜਿਹੜਾ ਫਰੰਟ ਆ ਉਹਦੀ ਅਸੀਂ 1 ਇੰਚ ਦੀ ਪਾਈ ਆ ਜੀ ਠੀਕ ਆ ਜੀ ਬੈਕ ਦੀ ਅਸੀਂ ਤਾਂ 3.5 ਇੰਚ ਦੀ ਪਾਈ ਆ ਜੀ ਇਹ ਜਿਹੜੀ ਸ਼ਰਟ ਆ ਹੈਵੀ ਸਰੀਰ ਵਾਲਿਆਂ ਦੀ ਆ ਠੀਕ ਆ ਜੀ ਉਹਨਾਂ ਦੇ ਕਰਕੇ ਅਸੀਂ 3.5 ਦੀ ਪਾਈ ਆ ਕੁਝ ਨਾਰਮਲ ਪਰਸਨ ਹੁਣ ਉਹਨਾਂ ਦੀ 2.5 ਵੀ ਪਾਉਣੀ ਆ ਕੁਝ ਜਾਣੇ ਦੇ ਸੀ 3 ਵੀ ਪਾਉਣੀ ਆ ਠੀਕ ਆ ਜੀ ਸਾਢੇ 3 ਦਿਨ ਤਾਂ ਕਰਕੇ ਪਾਈ ਆ ਕਿ ਉਹਨਾਂ ਨੂੰ ਬੈਕ ਤੋਂ ਖਿੱਚ ਨਾ ਵੱਜੇ ਠੀਕ ਆ ਜੀ ਤੇ ਇੱਥੋਂ ਅਸੀਂ ਅਗਲੀ ਜਿਹੜੀ ਕਾਟ ਆ ਉਹ 1 ਇੰਚ ਦੀ ਪਾਈ ਆ ਜੀ ਠੀਕ ਆ ਜੀ ਆਹ ਵੇਖ ਲਓ 1 ਇੰਚ ਦੀ ਆ ਠੀਕ ਆ ਜੀ ਹੁਣ ਤੁਹਾਨੂੰ ਅਸੀਂ ਕਟਿੰਗ ਕਰਕੇ ਦੱਸਾਂਗੇ ਆਹ ਦੇਖੋ ਕਟਿੰਗ ਕਰਨ ਤੋਂ ਪਹਿਲਾਂ ਅਸੀਂ ਮਾਰਕ ਜਦੋਂ ਕਰ ਲੈਣਾ ਮਾਰਕ ਕਰਨ ਕਟਿੰਗ ਕਰਨ ਤੋਂ ਪਹਿਲਾਂ ਅਸੀਂ ਸਾਰਾ ਇਹਨੂੰ ਪ੍ਰੋਪਰ ਤਰੀਕੇ ਦੇ ਨਾਲ ਆਹ ਦੇਖੋ ਇਦਾਂ 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 ਕਰਕੇ ਆ ਦੇਖੋ ਜਿਹੜੀ ਫਰੰਟ ਦੀ ਸੀ ਕਟ ਲਾਈ ਆ ਮਾਰਕ ਕੀਤਾ ਆ 1 ਇੰਚ ਦਾ ਉਥੋਂ ਅਸੀਂ ਇਦਾਂ ਕਰਕੇ ਆ ਦੇਖੋ ਆ ਦੇਖੋ 9.5 ਇੰਚ ਜਿਹੜਾ ਆ ਮੋਢਾ ਤਿਆਰ ਕਰ ਦਿੱਤਾ ਆ ਠੀਕ ਆ ਜੀ ਸਭ ਤੋਂ ਪਹਿਲਾਂ ਜਿਹੜਾ ਆ ਇਥੋਂ ਛਾਤੀ ਜਿਹੜੀ ਆ ਜਿਹਨੂੰ ਅਸੀਂ ਬ੍ਰੈਸਟ ਬੋਲਦੇ ਆ ਉਹਦਾ ਅਸੀਂ ਇਥੋਂ ਮਾਰਕ ਕਰ ਲੈਣਾ ਹੈ ਸਾਡੀ ਬ੍ਰੈਸਟ ਜਿਹੜੀ ਆ ਉਹ ਕਿੰਨੀ ਆ ਜੀ ਇਹਨਾਂ ਦੀ ਜਿਹੜੀ ਬ੍ਰੈਸਟ ਆ ਉਹ 20 ਇੰਚਾ ਜੀ ਠੀਕ ਹੈ ਜੀ ਅਸੀਂ 20 ਇੰਚ ਤੋਂ ਜਿਹੜਾ ਇਹਦਾ ਆਧਾ ਅਸੀਂ 10 ਇੰਚ ਕਰਕੇ ਆਹ ਦੇਖੋ ਅਸੀਂ 10 ਇੰਚ ਤੇ ਇਹਦਾ ਮਾਰਕ ਕਰ ਲਿਆ ਠੀਕ ਹੈ ਜੀ ਫਿਰ ਹੁਣ ਅਸੀਂ ਇਸ ਤਰੀਕੇ ਦੇ ਨਾਲ ਇਹਦੀ ਸਾਰੀ ਜਿਹੜੀ ਆ ਇਹਨੂੰ ਮਾਰਕ ਕੀਤਾ ਹੈ ਹੁਣ ਅਸੀਂ ਤੁਹਾਨੂੰ ਕਟਿੰਗ ਕਰਕੇ ਦੱਸਾਂਗੇ ਠੀਕ ਹੈ ਜੀ ਆਹ ਦੇਖੋ ਹੁਣ ਅਸੀਂ ਕਟਿੰਗ ਕਰਨ ਲੱਗੇ ਆ ਇਹ ਦੋ ਪੀਸ ਨੇ ਸ਼ਰਟ ਦੇ ਜੀ ਆਹ ਦੇਖੋ ਇੱਕ ਅਦੋ ਠੀਕ ਆ ਜੀ ਦੋ ਪੀਸ ਨੇ ਸ਼ਰਟ ਦੇ ਇਹਨਾਂ ਨੂੰ ਪਹਿਲਾਂ ਇਕੱਠਿਆਂ ਨੂੰ ਅਸੀਂ ਜਿਹੜੇ ਦੋਨਾਂ ਸ਼ਰਟ ਨੂੰ ਅਲੱਗ-ਅਲੱਗ ਪੀਸ ਰੱਖਣੇ ਆ ਦੋਨਾਂ ਦੇ ਅਸੀਂ ਜਿਹੜੇ ਪਹਿਲਾਂ ਅਸੀਂ ਦੋਨਾਂ ਦੀ ਕਟਿੰਗ ਕਰਨੀ ਆ ਇਹਦੀ ਮੋਢੇ ਦੀ ਆ ਦੇਖੋ ਆ ਦੇਖੋ ਜੀ ਪਹਿਲਾਂ ਅਸੀਂ ਦੋਨਾਂ ਦੀ ਕਟਿੰਗ ਕਰ ਲਈ ਆ ਆ ਜਿਹੜੀ ਹੁਣ ਵਾ ਇਹ ਜੀ ਬੈਕ ਸਾਡੀ 셔ਟ ਵਾ ਉਹਦੀ ਕਟਿੰਗ ਆ ਜੀ ਠੀਕ ਆ ਜੀ ਉਹਦੀ ਮੋਢੇ ਦੀ ਕਾਟ ਆ ਆ ਦੇਖੋ ਜੀ ਆ ਫਰੰਟ ਦੀ ਆ ਹੁਣ ਅਸੀਂ ਇਦਾਂ ਹੀ ਇਹਨੂੰ 셔ਟ ਨੂੰ ਇੱਥੋਂ ਚੱਕ ਲੈਣਾ ਹੈ ਇੱਕ ਸਿੰਗਲ ਪੀਸ ਨੂੰ ਆ ਦੇਖੋ ਜਿੱਥੇ ਅਸੀਂ 8 ਇੰਚ ਦਾ ਮਾਰਕ ਕੀਤਾ ਆ ਉੱਥੋਂ ਅਸੀਂ ਕਾਟ ਪਾਉਣੀ ਜਿਹੜੀ ਸ਼ੁਰੂ ਕਰਾਂਗੇ ਠੀਕ ਆ ਜੀ ਦੇਖੋ ਜੀ ਕਿੰਨੀ ਸੋਹਣੀ ਸ਼ੇਪ ਜਿਹੜੀ ਇਹਦੀ ਆਖੋ ਗੁਲਾਈ ਦੇ ਨਾਲ ਬਣ ਗਈ ਆ ਠੀਕ ਆ ਜੀ ਆ ਦੇਖੋ ਐਫ ਫਰੰਟ ਪੀਸ ਆ ਫਰੰਟ ਦੀ ਕਾਟ ਹੋਗੀ ਆ ਬੈਕ ਦੀ ਕਾਟ ਹੋਗੀ ਠੀਕ ਆ ਜੀ ਜਿਸ ਵੀ ਫਰੈਂਡਸ ਨੂੰ ਨਾ ਪਤਾ ਚੱਲਿਆ ਹੋਵੇ ਉਹ ਦੁਬਾਰਾ ਕਮੈਂਟ ਕਰਕੇ ਪੁੱਛ ਸਕਦੇ ਆ ਜੀ ਤੁਹਾਨੂੰ ਇਹ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਕਰ ਲਾਈਕ ਕਰਨਾ ਕਮੈਂਟ ਕਰਕੇ ਜਰੂਰ ਦੱਸਣਾ ਇਹ ਵੀਡੀਓ ਕਿਦਾਂ ਦੀ ਲੱਗੀ ਲਾਈਕ ਕਰਨਾ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਨਾ ਭੁੱਲਣਾ ਜੀ ਤੇ ਸਬਸਕ੍ਰਾਈਬ ਵੀ ਕਰ ਲੈਣਾ ਜਿੰਨਾ ਜਿੰਨਾ ਨੇ ਇਹ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ ਜੀ